ਮਾਲਵਾ ਬੜਲੇਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਛੋਟੇ ਵੱਡੇ 팬 ਪਰਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਚਾਰ ਕੈਡਰਾਂ ਦੇ ਵਿੱਚ ਭਰਤੀਆਂ ਦੇ ਵੇਖਣ ਨੂੰ ਮਿਲਦੀਆਂ ਨੇ ਠੀਕ ਹੈ ਜੀ ਬਾਕੀ ਰੈਂਕ ਤਾਂ ਤੁਹਾਨੂੰ ਪਤਾ ਹੀ ਹੈ ਕਨਸਟੇਬਲ ਸਬ ਇੰਸਪੈਕਟਰ ਹਨਾ ਹੈੱਡ ਕਨਸਟੇਬਲ ਏਐਸਆਈ ਤੇ ਇੰਸਪੈਕਟਰ ਤੇ ਬਾਕੀ ਇਦੋਂ ਵੱਡੇ ਰੈਂਕ ਜੇਕਰ ਤੁਸੀਂ ਯੂਪੀਐਸਸੀ ਤੇ ਤਰੈ ਕਰਦੇ ਹੋ ਹਨਾ ਜੀ ਯਾ ਪੀਪੀਐਸਸੀ ਤੇ ਦੋਸਤੋ ਸਭ ਤੋਂ ਪਹਿਲਾਂ ਇੰਪੋਰਟੈਂਟ ਇਹ ਹੁੰਦਾ ਹੈ ਵੀ ਇਨ੍ਹਾਂ ਚਾਰ ਕੈਡਰਾਂ ਦੇ ਵਿੱਚ ਹੀ ਤੁਹਾਡੀਆਂ ਡਿਊਟੀਆਂ ਲਗਣੀਆਂ ਹੁੰਦੀਆਂ ਹਨ ਮਤਲਬ ਨੌਕਰੀਆਂ ਮਿਲਣੀਆਂ ਹੁੰਦੀਆਂ ਠੀਕ ਹੈ ਜੀ ਤੁਹਾਡਾ ਰੈਂਕ ਨਹੀਂ ਮਾਇਨੇ ਕਰਦਾ ਤੁਹਾਡੀਆਂ ਇਨ੍ਹਾਂ ਕੈਡਰਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਜ਼ਰੂਰ ਮਾਇਨੇ ਕਰਦੀ ਹੈ ਜੇਕਰ ਤੁਸੀਂ ਇਨ੍ਹਾਂ ਕੈਡਰ ਵਿੱਚ ਜਾਣਾ ਚਾਹੁੰਦੇ ਹੋ ਹੁਣ ਉਹ ਕੈਡਰ ਕਿਹੜੇ-ਕਿਹੜੇ ਆ ਪਹਿਲਾਂ ਤਾਂ ਇਹ ਜਾਨੋ ਜਿਵੇਂ ਕਿ ਡਿਸਟ੍ਰਿਕਟ ਆਰਮਡ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸੀ ਸੋ ਦੋਸਤੋ ਇਨ੍ਹਾਂ ਦੇ ਵੀ ਅਲੱਗ-ਅਲੱਗ ਬੈਨੀਫਿਟ ਨੇ ਐ ਨਹੀਂ ਕਿ ਆਪਾਂ ਜੇ ਕੈਡਰ ਚ ਵੰਡਿਆ ਤਾਂ ਸੇ ਤੇ ਜਿਹੜੀ ਫਿਜ਼ੀਕਲ ਮੰਗ ਵੀ ਵੱਖਰੀ ਹੁੰਦੀ ਹੈ ਐ ਨਹੀਂ ਹੁੰਦਾ ਵੀ ਕੱਦ ਕਾਠੀ ਹਰੇਕ ਦੇ ਵਿੱਚ ਬਰਾਬਰ ਮੰਗੀ ਜਾਵੇ ਜਾਂ ਫਿਜ਼ੀਕਲ ਟ੍ਰਾਇਲ ਬਰਾਬਰ ਹੋਣ ਸਾਰਿਆਂ ਚ ਅਲੱਗ-ਅਲੱਗ ਚੀਜ਼ ਮੰਗੀ ਜਾਂਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਉਹੀ ਚੀਜ਼ਾਂ ਦੱਸਣੀਆਂ ਤਾਂ ਕਿ ਆਉਣ ਵਾਲੇ ਜਦੋਂ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਭਰਤੀਆਂ ਇਨ੍ਹਾਂ ਕੈਡਰਾਂ ਵਿੱਚ ਦੇਖਣ ਨੂੰ ਮਿਲਣੀਆਂ ਹੁਣ ਜੇ ਵੀ ਤੁਸੀਂ ਕਾਂਸਟੇਬਲ ਦੀ ਡਿਸਟ੍ਰਿਕਟ ਤੇ ਆਰਮਡ ਕੈਡਰ ਦੀ ਦੇਖੀ ਹੈ ਭਰਤੀ 2023 ਦੇ ਵਿੱਚ ਵੀ ਤੇ ਹੁਣ 2024 ਦੀ ਭਰਤੀ ਵਿੱਚ ਵੀ ਵੇਖੋਗੇ ਠੀਕ ਹੈ ਜੀ ਅੱਜ ਆਪਾਂ ਵੀਡੀਓ ਵਿੱਚ ਸਾਰਾ ਤੁਹਾਨੂੰ ਇਹੀ ਦੱਸਣਾ ਹੈ ਵੀ ਰਿਕੁਆਇਰਮੈਂਟ ਕੀ ਰਹਿਣਗੀਆਂ ਇਹਨਾਂ ਦੀਆਂ ਤੇ ਤੁਹਾਨੂੰ ਬੈਨੀਫਿਟ ਕੀ ਮਿਲਨੇ ਹੈ ਮੇਨ ਬੈਨੀਫਿਟ ਇਹੀ ਹੁੰਦਾ ਵੀ ਬਹੁਤ ਸਾਰੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਵੀ ਇੱਕ ਇੱਕ ਕੈਡਰ ਇਹੋ ਜਿਹਾ ਜਿਸ ਦੇ ਵਿੱਚ ਬਹੁਤ ਜ਼ਿਆਦਾ ਅ ਬੱਚੇ ਕਹਿੰਦਾ ਆਪਾਂ ਪੇਪਰ ਨਹੀਂ ਭਰਦੇ ਬਹੁਤ ਹੀ ਘੱਟ ਗਿਣਤੀ ਵਿੱਚ ਪੇਪਰ ਭਰਦੇ ਨੇ ਜੇਕਰ ਉਸ ਦੀ ਰੈਂਕ ਭਰਤੀ ਵੀ ਆ ਜੇ ਚਾਹੇ ਉਸ ਦੀ ਕਨਸਟੇਬਲ ਭਰਤੀ ਵੀ ਆ ਜੇ ਠੀਕ ਹੈ ਜੀ ਕੋਈ ਹਾਈ ਰੈਂਕ ਦੀ ਭਰਤੀ ਨੂੰ ਵੀ ਲਾ ਲਈਏ ਕਿਉਂਕਿ ਉਹ ਐਜੂਕੇਸ਼ਨ ਕੁਆਲੀਫਿਕੇਸ਼ਨ ਬਹੁਤ ਘੱਟ ਬੱਚੇ ਕਰਦੇ ਤੁਹਾਨੂੰ ਪਤਾ ਪੰਜਾਬ ਦੇ ਬੱਚੇ ਲਗਭਗ ਬੀਏ ਜਾਂ ਫਿਰ ਆਈਟੀ ਥੋੜੀ ਬਹੁਤੀ ਕਰ ਲੈਂਦੇ ਜਿਵੇਂ ਬੀਟੈਕ ਵਗੈਰਾ ਇਹ ਚੀਜ਼ਾਂ ਆਪਣਾ ਕਿ ਆਂਦਾ ਆਪਾਂ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਬਟ ਦੋਸਤੋ ਇਹ ਜਿਹੜਾ ਹੁਣ ਮੈਂ ਤੁਹਾਨੂੰ ਦੱਸੂਗਾ ਉਸ ਦੇ ਵਿੱਚ ਕਈਆਂ ਦੇ ਸਰਟੀਫਿਕੇਟ ਵੀ ਕੰਪਲੀਟ ਨਹੀਂ ਹੁੰਦੇ ਤੇ ਇਸੇ ਕਰਕੇ ਅੱਜ ਦੀ ਵੀਡੀਓ ਤੁਸੀਂ ਸਾਰੀ ਵੇਖਣੀ ਆ ਆਪਾਂ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਇਹ ਤਾਂ ਆਪਾਂ ਗਾਂ ਲੈ ਕੇ ਜਾਂਦੇ ਆ ਸਾਰਾ ਇਹ ਤੁਹਾਡੇ ਹਜੇ ਕੰਮ ਦਾ ਨਹੀਂਗਾ ਕਿਉਂਕਿ ਆਪਾਂ ਕਿਸੇ ਪੁਰਾਣੇ ਕ੍ਰਾਈਟੇਰੀਆ ਦੇ ਵਿੱਚੋਂ ਹੀ ਚੱਕਿਆ ਬਟ ਸਾਰਾ ਸਿਮਿਲਰ ਹੀ ਹੁੰਦਾ ਐ ਨਹੀਂ ਹੁੰਦਾ ਵੀ ਕੋਈ ਚੇਂਜਸ ਹੋਣ ਗਿਆ ਸਭ ਤੋਂ ਪਹਿਨਾ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਆ ਦੋਸਤੋ ਦੇਖੋ ਜੇ ਤੁਸੀਂ ਡਿਸਟ੍ਰਿਕਟ armed ਤੇ investigation ਕੈਡਰ ਚ ਜਾਣਾ ਚਾਹੁੰਦੇ ਹਾਂ ਜਿਵੇਂ ਕਿ ਆ ਤੁਹਾਡੇ ਸਾਹਮਣੇ ਮੈਂ ਤਿੰਨੇ ਲਾਤੇ ਹੈਗੇ ਆ ਠੀਕ ਹੈ ਇਹਨਾਂ ਦੀ এডਿਕੇਸ਼ਨ ਕੁਆਲੀਫਿਕੇਸ਼ਨ ਕੀ ਹੋਗੀ ਸਿਮਿਲਰ ਹੋਗੀ ਵੀ ਤੁਹਾਡੀ ਵਧੀਆ ਯੂਨੀਵਰਸਿਟੀ ਜਾਂ ਕਿਸੇ ਵਧੀਆ ਕਾਲਜ ਰਾਹੀਂ ਮਤਲਬ ਰੀਕੋਗਨਾਈਜ਼ਡ ਕਾਲਜ ਹੋਵੇ ਜਿਹਦਾ ਨਾਮ ਵਧੀਆ ਹੋਵੇ ਹਨਾ ਉਸ ਤੋਂ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਸਟਰੀਮ ਦੇ ਵਿੱਚ ਬੀਏ ਕੀਤੀ ਹੈ ਮੈਡੀਕਲ ਡਿਗਰੀ ਕੀਤੀ ਹੈ ਜਾਂ ਕਹਿੰਦਾ ਪਾਪ ਤੁਸੀਂ ਆਈਟੀ ਸੈਕਟਰ ਚ ਕੀਤੀ ਹੈ ਆਰਟਸ ਨੂੰ ਲੈ ਕੇ ਜਿਹੜੀਆਂ ਵੀ ਡਿਗਰੀਆਂ ਤੁਸੀਂ ਕੀਤੀਆਂ ਘਬਰਾਣ ਦੀ ਲੋੜ ਨਹੀਂ ਤੁਸੀਂ ਜਿਹੜੀ ਮਰਜ਼ੀ ਭਰਤੀ ਆਵੇ ਭਰ ਸਕਦੇ ਹੋ ਠੀਕ ਹੈ ਸਿਰਫ ਤੁਹਾਡੀਆਂ ਡਿਗਰੀਆਂ ਹੱਥ ਚ ਹੋਣੀਆਂ ਚਾਹੀਦੀਆਂ 10th ਪਲੱਸ 2 ਦੇ ਸਰਟੀਫਿਕੇਟ ਹੱਥ ਚ ਹੋਣੇ ਚਾਹੀਦੇ ਠੀਕ ਹੈ ਜੀ ਬਾਕੀ 10ਵੀਂ ਦਾ ਪੰਜਾਬੀ ਸਬਜੈਕਟ ਜ਼ਰੂਰ ਕੀਤਾ ਹੋਵੇ ਇਸ ਵਾਰ ਤਾਂ ਹੀ ਪੰਜਾਬੀ ਨੂੰ ਫੇਲ ਹੋਗੀ ਹੁਣ ਜਿਹੜੀ ਆਂਦੀ ਹੈ ਇੰਟੈਲੀਜੈਂਸੀ ਆਫੀਸਰ ਭਰਤੀ ਜਿਹੜੀ ਕਿ ਇੰਟੈਲੀਜੈਂਸੀ ਦੀ ਜਿਹੜੀ ਭਰਤੀ ਹੁੰਦੀ ਹੈ ਚਾਹੇ ਕਾਂਸਟੇਬਲ ਹੈ ਚਾਹੇ ਸਬ ਇੰਸਪੈਕਟਰ ਇਹ ਮੈਂ ਪੁਰਾਣਾ ਕ੍ਰਾਈਟੇਰੀਆ ਤਾਂ ਚੱਕਿਆ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਐ ਲੱਗਦਾ ਵੀ ਆਪਾਂ ਜੇਕਰ ਪਰਸਨਲੀ ਲਿਖਦੇ ਆਂ ਪੀਪੀਟੀ ਤੇ ਤੇ ਬਹੁਤ ਸਾਰੇ ਬੱਚੇ ਕਹਿੰਦੇ ਵਿਸ਼ਵਾਸ ਨਹੀਂ ਕਰਦੇ ਸੋ ਆਪਾਂ ਇਹ ਪ੍ਰੋਪਰ ਪੁਰਾਣਾ ਮਟੀਰੀਅਲ ਚੱਕਿਆ ਮਤਲਬ ਐਡਵਰਟਾਈਜ਼ਮੈਂਟ ਤਾਂ ਕਿ ਬੱਚੇ ਨੂੰ ਪਤਾ ਲੱਗੇ ਵੀ ਅਫੀਸ਼ੀਅਲ ਤੌਰ ਤੇ ਇਹ ਚੀਜ਼ਾਂ ਮੰਗ ਹੁੰਦੀ ਹੈ ਹਨਾ ਜੀ ਹੁਣ ਇਹਦੇ ਵਿੱਚ ਕੀ ਹੈ ਇੱਕ ਤਾਂ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਵੇ ਠੀਕ ਹੈ ਜੀ ਦੂਸਰੀ ਗੱਲ ਹੈ ਵੀ ਉਹ ਬੱਚੇ ਕੋਲ ਉਹ ਲੈਵਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਨਫੋਰਮੇਸ਼ਨ ਟੈਕਨੋਲੋਜੀ ਫਰੋਮ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਇਨਫੋਰਮੇਸ਼ਨ ਟੈਕਨੋਲੋਜੀ ਠੀਕ ਹੈ ਐਨ ਆਈ ਈ ਐਲ ਆਈ ਟੀ ਤੋਂ ਠੀਕ ਹੈ ਜੀ ਜਿਹੜਾ ਕਿ ਆਪਾਂ ਪਹਿਲਾਂ ਕਿਹਾ ਜਾਂਦਾ ਸੀ ਡੀਓਈ ਏਸੀਸੀ ਮਤਲਬ ਪਹਿਲਾਂ ਇਹਦਾ ਨਾਮ ਇਹੇ ਸੀ ਬਟ ਹੁਣ ਚੇਂਜ ਕਰਕੇ ਐਨ ਆਈ ਈ ਐਲ ਆਈ ਟੀ ਬਣ ਗਿਆ ਇਥੋਂ ਓ ਲੈਵਲ ਦਾ ਸਰਟੀਫਿਕੇਟ ਤੁਹਾਡਾ ਹੋਇਆ ਹੋਵੇ ਜੇਕਰ ਤੁਸੀਂ ਇਨਫੋਰਮੇਸ਼ਨ ਟੈਕਨੋਲੋਜੀ ਰਿਲੇਟਡ ਤੁਸੀਂ ਡਿਗਰੀ ਕੀਤੀ ਹੈ ਕਿਉਂਕਿ ਇਹੀ ਭਰਤੀ ਹੋਇਆ ਜਿਸ ਦੇ ਵਿੱਚ ਕਨਸਟੇਬਲ ਵੀ ਬਹੁਤ ਘੱਟ ਭਰਦੇ ਪੋਸਟਾਂ ਠੀਕ ਹੈ ਜੀ ਤੇ ਸਬ ਇਨਸਪੈਕ ਦਾ ਕਦ ਕਾਠ ਵੀ ਤੁਹਾਨੂੰ ਦੱਸੂਗਾ ਕਿੰਨਾ ਮੰਗਿਆ ਜਾਂਦਾ ਬਹੁਤ ਸਾਰੇ ਬੱਚੇ ਕਦ ਕਾਠ ਇਹ ਸੋਚਦੇ ਆ ਵੱਧ ਮੰਗਦੇ ਆ ਜਿਸ ਕਰਕੇ ਉਹ ਬੱਚੇ ਪਰਦੇ ਨਹੀਂ ਰਹਿ ਵੀ ਜਾਂਦੇ ਆ ਸੋ ਤੁਹਾਡੇ হাই ਚਾਂਸਸ ਹੈ ਜੇਕਰ ਤੁਸੀਂ ਧਿਆਨ ਰੱਖੋਗੇ ਅਗਲੀ ਅਗਲੀ ਗੱਲ ਹੋਰ ਕੀ ਉਸ ਦੇ ਇਹਨਾਂ ਵਿੱਚ ਜੇ ਇਹ ਚੀਜ਼ ਹੈ ਨਹੀਂ ਤੁਹਾਡੇ ਕੋਲ ਮੰਨ ਲਓ ਤੁਹਾਡੇ ਕੋਲ ਆ ਚੀਜ਼ ਹੈ ਨਹੀਂ ਹੁਣ ਅਗਲੀ ਗੱਲ ਕਰਦੇ ਆ ਗ੍ਰੈਜੂਏਟ ਫਰਮ ਅ ਰਿਕੋਗਨਾਈਜ਼ ਯੂਨੀਵਰਸਿਟੀ অর ਇੰਸਟੀਟਿਊਸ਼ਨ ਵਿਦ ਕੰਪਿਊਟਰ ਸਾਇੰਸ ਠੀਕ ਹੈ ਕੰਪਿਊਟਰ ਸਾਇੰਸ ਜਾਂ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜਾਂ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਤੋਂ ਔਰ ਐਜ਼ ਅ ਵਨ ਇਲੈਕਟ੍ਰਿਕ ਸਬਜੈਕਟ ਡਿਊਰਿੰਗ ਦਾ ਇੰਟਾਇਰ ਗ੍ਰੈਜੂਏਸ਼ਨ ਕੋਈ ਇਲੈਕਟ੍ਰਿਕ ਸਬਜੈਕਟ ਇਲੈਕਟਿਵ ਸਬਜੈਕਟਸ ਹੋਣੇ ਚਾਹੀਦੇ ਤੁਹਾਡਾ ਕੋਈ ਵੀ ਠੀਕ ਹੈ ਸੋਰੀ ਅ ਇਲੈਕਟਿਵ ਸਬਜੈਕਟ ਹੋਣਾ ਚਾਹੀਦਾ ਕੋਈ ਵੀ ਤੁਹਾਡਾ ਗ੍ਰੈਜੂਏਸ਼ਨ ਦਰਾਂ ਠੀਕ ਹੈ ਜੀ ਸੋ ਇਹ ਤੁਹਾਡੀ ਮੰਗ ਮੰਗੀ ਜਾਂਦੀ ਹੈ ਤੁਹਾਡੀ ਆਈਟੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਨਾਲ ਕੋਈ ਇਲੈਕਟਿਵ ਸਬਜੈਕਟ ਨੂੰ ਜ਼ਰੂਰ ਰੂਸੀ ਰੱਖਣਾ ਜੋ ਗ੍ਰੈਜੂਏਸ਼ਨ ਕਰ ਰਹੇ ਹੋ ਠੀਕ ਹੈ ਜੀ ਜੇਕਰ ਅੱਗੇ ਵੀ ਬੱਚਾ ਪਲੱਸ 2 ਤੋਂ ਬਾਅਦ ਕਰਨਾ ਚਾਹੁੰਦਾ ਤਾਂ ਪਲੀਜ਼ ਧਿਆਨ ਰੱਖਿਓ ਇਹ ਚੀਜ਼ ਦਾ ਜੇਕਰ ਤੁਸੀਂ ਚਾਹਦੇ ਹੋ ਨੌਕਰੀ ਇੰਟੈਲੀਜੈਂਸੀ ਅਫੀਸਰ ਬਹੁਤ ਹੀ ਵਧੀਆ ਜੌਬ ਹੁੰਦੀ ਹੈ ਜੇਕਰ ਤੁਸੀਂ ਅ ਕਮਰੇ ਚ ਬੈਠ ਕੇ ਇੱਕ ਵਧੀਆ ਜੌਬ ਨਿਭਾਣਾ ਚਾਹੁੰਦੇ ਹੋ ਜਿਵੇਂ ਸਾਈਬਰ ਕ੍ਰਾਈਮ ਰਿਲੇਟਡ ਠੀਕ ਹੈ ਜੀ ਜਾਂ ਫਿਰ ਤੁਹਾਡੀ ਬੀਐਸਸੀ, ਬੀਟੈਕ, ਬੀਈ ਇਨਫੋਰਮੇਸ਼ਨ ਟੈਕਨੋਲੋਜੀ ਨਾ ਕੀਤੀ ਹੋਵੇ ਠੀਕ ਹੈ ਕੰਪਿਊਟਰ ਸਾਇੰਸ ਨਾ ਕੀਤੀ ਹੋਵੇ ਜਾਂ ਕੰਪਿਊਟਰ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਜਾਂ ਇਨਫੋਰਮੇਸ਼ਨ ਸਿਸਟਮਸ ਹਨਾ ਇਹ ਜਿੰਨੀਆਂ ਵੀ ਡਿਗਰੀਆਂ ਦੇ ਨਾਮ ਲਿਖੇ ਆ ਇਹ ਤੁਹਾਡੀਆਂ ਕੀਤੀਆਂ ਹੋਣ ਤਾਂ ਤੁਸੀਂ ਭਰ ਸਕਦੇ ਹੋ ਇਸ ਨੂੰ ਠੀਕ ਹੈ ਮੈਂ ਸਾਰਿਆਂ ਦੇ ਨਾਮ ਤਾਂ ਨਹੀਂ ਲੈਂਦੇ ਕਿਉਂਕਿ ਤੁਸੀਂ ਵੀ ਬੋਰ ਹੋ ਜਾਵੋਗੇ ਜਿਹੜੇ ਬੱਚਿਆਂ ਨੇ ਇਹ ਕੀਤੀ ਨਹੀਂ ਠੀਕ ਹੈ ਇੱਕ ਵਾਰੀ ਤੁਸੀਂ ਖੁਦ ਚੰਨਣਾ ਪਾ ਲਿਓ ਜੇਕਰ ਤੁਹਾਡੀ ਹਜੇ ਤੁਸੀਂ 10th 2 ਚੋਂ ਤੇ ਦੇ ਕਰਨੀ ਹੈ ਤਾਂ ਪਲੀਸ ਇਹਨਾਂ ਵਿੱਚੋਂ ਕਰ ਸਕਦੇ ਹੋ ਨਾਲੇ ਤਾਂ ਤੁਹਾਨੂੰ ਜੇ ਤੁਸੀਂ ਆ ਭਰਤੀ ਆਂਦੀ ਹੈ ਇੱਥੇ ਤਾਂ ਤੁਹਾਡੇ ਹਾਈਲੀ ਚਾਂਸੇ ਹੋਣਗੇ ਬਾਕੀ ਆ ਭਰਤੀਆਂ ਨੂੰ ਵੀ ਤੁਸੀਂ ਆਰਾਮ ਨਾਲ ਭਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਟੈਨਸ਼ਨ ਫਰੀ ਹੋ ਜਾਓਗੇ ਕਿਉਂਕਿ ਇੱਥੇ ਤਾਂ ਗ੍ਰੈਜੂਏਸ਼ਨ ਮੰਗੀ ਹੈ ਠੀਕ ਹੈ ਆ ਤਿੰਨ ਤੇ ਤੁਹਾਡੇ ਇਹਦੇ ਚਾਂਸੇ ਵਧੀਆ ਬਣ ਜਾਣਗੇ ਕਿਉਂਕਿ ਇੱਥੇ ਬਹੁਤ ਰੇਅਰ ਬੱਚੇ ਭਰਦੇ ਆ ਪਰਦੇ ਵੀ ਉਹ ਹੋਏ ਜਿਹੜੇ ਬਾਹਰਲੇ ਮਤਲਬ ਸਟੇਟਾਂ ਵਾਲੇ ਹੁੰਦੇ ਆ ਬਸ ਉਹਨਾਂ ਦਾ ਪੇਪਰ ਕ੍ਰੈਕ ਹੋਣਾ ਤਾਂ ਨਹੀਂ ਹੋਣਾ ਪੰਜਾਬੀ ਦਾ ਪੇਪਰ ਹੈ ਠੀਕ ਹੈ ਜੀ ਸੋ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਖਣਾ ਜੀ ਹੁਣ ਅੱਗੇ ਆਪਾਂ ਗੱਲ ਕਰਦੇ ਆ ਇਹ ਤਾਂ ਚਲੋ ਆਪਣਾ ਸਿਲੇਬਸ ਹੈ ਸਾਰੇ ਭੈਣ ਭਰਾ ਇਹੀ ਸਿਲੇਬਸ ਕਰਦੇ ਆ ਰਹੇ ਆ ਸ਼ੁਰੂ ਤੋਂ ਇਹਨਾਂ ਵਿੱਚੋਂ ਹੀ ਟੈਂਟਿਵ ਸਿਲੇਬਸ ਹੁੰਦਾ ਹੈ ਵੀ ਸਬ ਇੰਸਪੈਕਟਰ ਦਾ ਸਿਲੇਬਸ ਹੈ ਵੈਸੇ ਪਰ ਅੱਜਕਲ ਕਨਸਟੇਬਲ ਦਾ ਵੀ ਸਿਲੇਬਸ ਇਹੀ ਪਾਉਣ ਲੱਗ ਗਏ ਆ ਬਟ ਮੈਂ ਚਾਹਨਾ ਬੱਚਿਆਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਰਿਵਿਊ ਕਰਾ ਦਈਏ ਪਹਿਲਾਂ ਜੋ ਕੁਝ ਚੀਜ਼ਾਂ ਰਿਕੁਆਇਰਮੈਂਟ ਹੁੰਦੀਆਂ ਹੁਣ ਸਕਰੀਨਿੰਗ ਦੇ ਵਿੱਚ ਦੇਖੋ ਆਪਣਾ ਜਿਹੜਾ ਡਿਸਟ੍ਰਿਕਟ ਤੇ ਆਰਮਡ ਕੈਟਰ ਦੇ ਵਿੱਚ ਸਕਰੀਨਿੰਗ ਦੇ ਵਿੱਚ ਅਲੱਗ ਮੰਗ ਡਿਮਾਂਡ ਹੁੰਦੀ ਹੈ ਤੇ ਇੰਟੈਲੀਜੈਂਸੀ ਤੇ ਇਨਵੈਸਟੀ ਪਹਿਲਾਂ ਗੱਲ ਕਰਾਂਗੇ ਮੇਲਜ਼ ਤੇ ਫੀਮੇਲ ਦੀ ਮੇਲ ਦੀ ਹੈਗੀ ਆ 5 ਫੁੱਟ 7 ਇੰਚ ਤੇ 5 ਫੁੱਟ 2 ਇੰਚ ਹਾਈਟ ਮੰਗੀ ਜਾਂਦੀ ਹੈ ਫੀਮੇਲ ਦੀ ਠੀਕ ਹੈ ਜੀ ਸੋ ਦੋਸਤੋ ਹਾਈਟ ਦਾ ਡਿਫਰੈਂਸ ਬਿਲਕੁਲ ਸਿਮਿਲਰ ਹੈ ਜਿਵੇਂ ਤੁਸੀਂ ਐਥਕੀ ਕਾਂਸਟੇਬਲ ਦਾ ਦੇਖਿਆ ਬਾਕੀ ਮੇਲ ਕੈਂਡੀਡੇਟਸ ਜਿਹੜੇ ਆਪਣੇ ਐਕਸ ਸਰਵਿਸ ਤੋਂ ਇਲਾਵਾ ਮਤਲਬ ਕਹਿੰਦਾ ਵਾ 1600 ਮੀਟਰ ਰਨ ਕਰਨਾ ਹੈ 7 ਨਹੀਂ 6.5 ਮਿੰਟ ਦਾ ਸਮਾਂ ਸੋਰੀ ਇੱਥੇ 7 ਲਿਖਿਆ ਹੈ ਇਹਨਾਂ ਨੇ ਤੇ 3 3.5 ਦੇ ਲਗਭਗ 3 ਚਾਂਸਸ ਮਿਲਦੇ ਲੋング ਜੰਪ ਹਾਈ ਜੰਪ 10 ਦੇ ਮੀਟਰ ਦੇ ਮਿਲਦੇ 3-4 ਚਾਂਸਸ ਵੀ ਠੀਕ ਹੈ ਜੀ ਫ 4.5 ਮਿੰਟ ਵਿੱਚ ਇੱਥੇ 5 ਲਿਖਿਆ ਹੋਇਆ ਠੀਕ ਹੈ ਜੀ 4.5 ਮਿੰਟ ਦਾ ਟਾਈਮ ਹੁੰਦਾ 3 ਮੀਟਰ ਕਰਨਾ ਹੈ 3 ਚਾਂਸਸ ਹੁੰਦੇ ਆ 0.9 ਮੀਟਰ ਹੈਗਾ 3 ਚਾਂਸਸ ਹੁੰਦੇ ਆ ਹਾਈ ਜੰਪ ਤੇ ਲੋング ਜੰਪ ਤੇ 3 ਮੀਟਰ ਠੀਕ ਹੈ ਜੀ ਇਹ ਚੀਜ਼ਾਂ ਚਲੋ ਰਿਕੁਆਇਰਮੈਂਟ ਤੁਹਾਨੂੰ ਪਤਾ ਵੀ ਹੋਊਗਾ ਬਾਕੀ ਤੁਸੀਂ ਸਕਰੀਨਸ਼ਾਟ ਲੈ ਲਵੋ ਜੇਕਰ ਤੁਸੀਂ ਤਿਆਰੀ ਕਰਦੇ ਪਏ ਹੋ ਪਰ ਫਿਰ ਸਿਫਿਕਲ ਲਈ ਤਾਂ ਤੁਸੀਂ ਗਰਾਊਂਡ 'ਚ ਉਤਰ ਜਾਓ ਇੰਨਾ ਹੀ ਬੋਤ ਹੈ ਬਾਕੀ ਐਕਸ ਸਰਵਿਸ ਮੈਨ ਲਈ 1400 ਮੀਟਰ ਹੁੰਦਾ ਠੀਕ ਹੈ ਜੀ ਵਾਕ ਹੁੰਦੀ ਹੈ ਰਨ ਕਰ ਸਕਦੇ ਹੋ ਇੱਕ ਚਾਂਸ ਮਿਲਦਾ ਇਹਨਾਂ ਨੂੰ ਟਾਈਮ ਕਾਫੀ ਮਿਲਦਾ 10 ਮਿੰਟ ਜਾਂ ਬਾਕੀ ਜੋ 4 41400 ਮੀਟਰ ਜਿਹੜਾ ਹੈਗਾ ਰਨ ਵਾਕ ਹੁੰਦੀ ਹੈ ਕੱਲ ਲਗਭਗ ਸੈਟਅਪਸ ਵਗੈਰਾ ਇਹੋ ਜਿਹੀਆਂ ਚੀਜ਼ਾਂ ਹੀ ਹੁੰਦੀਆਂ ਜਿਹੜਾ ਵੱਡੀ ਉਮਰ ਦੇ ਐਕਸਰਸਾਈਜ਼ਨ ਪਰ ਰਹੇ ਆ ਹੁਣ ਅਗਲੀ ਮੇਨ ਗੱਲ ਆ ਜਾਂਦੀ ਹੈ ਇਸ ਦੇ ਵਿੱਚ ਫਿਜ਼ੀਕਲ ਸਕਰੀਨਿੰਗ ਟੈਸਟ ਇੰਟੈਲੀਜੈਂਸ ਹੁਣ ਇੱਥੇ ਜਾ ਕੇ ਬੱਚੇ ਨੂੰ ਨਹੀਂ ਪਤਾ ਚੱਲਦਾ ਵੀ ਇਹਦੇ ਵਿੱਚ ਕਿਹੜਾ ਹੁਣ ਦੇਖੋ ਦੇਖੋ ਦੋਸਤੋ ਵੀ ਇੱਥੇ ਜਾ ਕੇ ਬੱਚਾ ਸੋਚੇ ਜਾਂਦਾ 5 ਫੁੱਟ 7 ਇੰਚ ਮੰਗਿਆ ਹੋ ਬਟ ਦੋਸਤੋ ਜੇਕਰ 5 ਫੁੱਟ 5 ਇੰਚ ਕੱਦ ਦਾ ਤੁਸੀਂ ਇੰਟੈਲੀਜੈਂਸੀ ਤੇ ਇਨਵੈਸਟੀਗੇਸ਼ਨ ਲਈ ਹੈਗੇ ਹੋ ਅਵੇਲੇਬਲ ਤੇ ਦੂਸਰੀ ਕਲੇ ਕੁਆਲੀਫਿਕੇਸ਼ਨ ਆਈਟੀ ਸੈਕਟਰ ਚ ਕੀਤੀ ਹੈ ਜਾਂ ਫਿਰ ਤੁਸੀਂ ਇਨਵੈਸਟੀਗੇਸ਼ਨ ਲਈ ਤਾਂ ਅਵੇਲੇਬਲ ਹੈਗੇ ਹੋ ਇੰਟੈਲੀਜੈਂਸੀ ਲਈ ਤੁਹਾਨੂੰ ਆਈਟੀ ਸੈਕਟਰ ਚਾਹੀਦੀ ਹੈ ਇਨਵੈਸਟੀਗੇਸ਼ਨ ਲਈ ਤੁਹਾਨੂੰ ਨਹੀਂ ਚਾਹੀਦੀ ਠੀਕ ਹੈ ਜੀ 5 1 ਇੰਚ ਫੀਮੇਲਜ਼ ਲਈ ਠੀਕ ਹੈ ਬਾਕੀ ਦੋਸਤੋ ਕਾਮਨ ਹੀ ਹੈ ਬਾਕੀ ਸਾਰਾ ਜਿਹੜਾ ਵੀ ਕਰਾਈਟੇਰੀਆ ਤੁਸੀਂ ਪੜ ਸਕਦੇ ਹੋ 800 ਮੀਟਰ ਤੱਕ ਕੀ ਹੈ ਸਾਰਾ 400 ਮੀਟਰ ਕੁੜੀਆਂ ਦਾ 800 ਮੀਟਰ ਮੁੰਡਿਆਂ ਦਾ ਰਨ ਬਾਕੀ ਲੋング ਜੰਪ ਫਾਈ ਜੰਪ ਜਿਹੜੀ ਹੈਗੀ ਹੈ ਉਹ ਈਜ਼ੀ ਹੈ ਸਾਰੇ ਕਰ ਸਕਦੇ ਹੋ ਤੁਸੀਂ ਤੁਹਾਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਬਸ ਗਰਾਊਂਡ ਦੇ ਵਿੱਚ ਉਤਰਿਓ ਮੇਨ ਗੱਲ ਇਹੀ ਹੁੰਦੀ ਹੈ ਹਾਈਟ ਤੇ ਜਾ ਕੇ ਬਚਾੜ ਜਾਂਦਾ ਹੈ ਕਹਿੰਦਾ ਵੀ ਪੰਜਾਬ ਪੁਲਿਸ ਚ ਜਾਣਾ ਹੈ ਹਾਈਟ ਛੋਟੀ ਰਹੀ ਗਈ ਹਾਈਟ ਛੋਟੀ ਨਹੀਂ ਹੁੰਦੀ ਬੱਚਿਓ ਇੱਕ ਵਾਰੀ ਕਰਾਈਟੇਰੀਆ ਪੜਿਆ ਕਰੋ ਕੀ ਪਤਾ ਤੁਹਾਡਾ ਇਹਦੇ ਵਿੱਚ ਲੱਗ ਲਿਖਿਆ ਹੋਵੇ ਠੀਕ ਹੈ ਹੁਣ ਅਗਲੇ ਬੈਨੀਫਿਟ ਕੀ ਹੈ ਦੋਸਤੋ ਸਭ ਤੋਂ ਪਹਿਲਾਂ ਹੁਣ ਅਗਲੇ ਬੈਨੀਫਿਟ ਏ ਹੈ ਵੀ ਇੰਟੈਲੀਜੈਂਸੀ ਕੈਡਰ ਦੇ ਵਿੱਚ ਜੌਬ ਜਿਹੜਾ ਇੱਕ ਪ੍ਰੋਫਾਈਲ ਹੁੰਦੀ ਹੈ ਦੀ ਇਨਵੈਸਟੀਗੇਸ਼ਨ ਚ ਤੁਹਾਨੂੰ ਸਾਰਾ ਹੈਗਾ ਜਿਹੜਾ ਤੁਸੀਂ ਇੱਕ ਕੰਪਿਊਟਰਾਈਜ਼ਡ ਸਾਰੀ ਜੌਬ ਨਿਭਾਣੀ ਹੁੰਦੀ ਹੈ ਠੀਕ ਹੈ ਕਮਰੇ ਦੇ ਵਿੱਚ ਬੈਠ ਕੇ ਤੁਹਾਡਾ ਏਸੀ ਮਤਲਬ ਕਿ ਸੇਫ ਹੁੰਦੀ ਹੈ ਤੇ ਤੁਸੀਂ ਬੈਠ ਕੇ ਏਸੀ ਰੂਮ ਦੇ ਵਿੱਚ ਆਪਣੇ ਸਾਰੇ ਜੋ ਵੀ ਕੰਮਕਾਰ ਮਿਲਦੇ ਆ ਠੀਕ ਹੈ ਡਾਟਾ ਰਿਲੇਟਡ ਜਾਂ ਕਿਸੇ ਵੀ ਤਰ੍ਹਾਂ ਸਾਈਬਰ ਕ੍ਰਾਈਮ ਰਿਲੇਟਡ ਤੁਸੀਂ ਇੱਥੇ ਨਿਭਾਣੇ ਹੁੰਦੇ ਆ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਟ ਕਰਦੇ ਹੁੰਦੇ ਹੋ ਤੁਸੀਂ ਹਰ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਮੂਵੀਜ਼ ਵਗੈਰਾ ਵੇਖਦੇ ਰਹਿੰਦੇ ਹੋ ਬਾਕੀ ਜਿਹੜੇ ਆਪਣੀ ਡਿਸਟ੍ਰਿਕਟ ਦੇ ਅਮਨ ਕਾਇਟਾ ਦੇ ਵਿੱਚ ਤੁਹਾਨੂੰ ਪਤਾ ਹੈ ਖਾਣਿਆਂ ਦੇ ਵਿੱਚ ਡਿਊਟੀ ਲੱਗਦੀ ਹੈ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੰਮ ਤੁਹਾਡੇ ਤੋਂ ਕਰਾਇਆ ਜਾ ਸਕਦਾ ਹੈ ਤੇ ਆਰਮਡ ਕੈਟਰ ਦੇ ਵਿੱਚ ਤੁਸੀਂ ਐਜ਼ ਅ ਮਤਲਬ ਕਹਿੰਦਾ ਪਾਓ ਕਿਸੇ ਦੀ ਰਾਖੀ ਕਰਨੀ ਹੈ ਜਿਵੇਂ ਕਿ ਥਾਣਿਆਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਬਹੁਤ ਸਾਰੇ ਵੀਆਈਪੀ ਪਰਸਨਸ ਦੇ ਨਾਲ ਤੁਸੀਂ ਰਹਿੰਦੇ ਹੋ ਹਨਾ ਬੋਡੀਗਾਰਡ ਐਜ਼ ਆ ਬਣ ਕੇ ਤੇ ਬਹੁਤ ਸਾਰੇ ਮਤਲਬ ਕਹਿੰਦਾ ਪਬਜੇ ਬੈਂਕਾਂ ਜਾਂ ਫਿਰ ਇੱਕ ਹੋਰ ਮਹਿੰਗੇ ਮਹਿੰਗੇ ਜਿਹੜੇ ਕਾਲਜਾਂ ਦੇ ਵਿੱਚ گورਨਮੈਂਟ ਕਾਲਜਾਂ ਦੇ ਵਿੱਚ ਲੱਗੇ ਹੁੰਦੇ ਆ ਜਿਹੜੇ ਵੀਆਈਪੀਜ਼ ਦੇ ਉੱਪਰ ਤੁਸੀਂ ਡਿਊਟੀ ਲਈ ਹੁੰਦੀ ਹੈ ਤੇ ਇਸੇ ਕਰਕੇ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਚੀਜ਼ਾਂ ਤੇ ਜੇਕਰ ਡਿਊਟੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਆਰਮਡ ਕਾਟਰ ਜੁਆਇਨ ਕਰੋ ਜਾਂ ਐਸਐਸਐਫ ਫੋਰਸਲ ਤੁਸੀਂ ਲਾ ਲਓ ਆਰਮਡ ਕਾਟਰ ਦੇ ਜ਼ਰੀਏ ਇੱਥੇ ਚੁਣੇ ਜਾਂਦੇ ਆ ਡਿਸਟ੍ਰਿਕਟ ਹੈਡਰ ਦੇ ਵਿੱਚ ਕਿਤੇ ਵੀ ਡਿਊਟੀ ਲੱਗ ਸਕਦੀ ਹੈ ਤੁਹਾਡੀ ਕੋਈ ਆਪਾਂ ਕਹਿ ਨਹੀਂ ਸਕਦੇ ਨਾਕੇ ਤੇ ਲੱਗ ਸਕਦੀ ਹੈ ਜਾਂ ਫਿਰ ਕਹਿੰਦਾ ਪਾ ਤੁਹਾਡੀ ਕਿਤੇ ਮਤਲਬ ਕਿ ਪੇਸ਼ੀ ਲਈ ਬੰਦਾ ਲੈ ਕੇ ਆਣਾ ਜਾਣਾ ਉਹ ਚੀਜ਼ਾਂ ਦੀ ਡਿਊਟੀ ਤੁਹਾਡੀ ਲੱਗ ਸਕਦੀ ਹੈ ਇਹ ਚੀਜ਼ਾਂ ਜਿਹੜੀਆਂ ਬਜੋ ਪ੍ਰੋਫਾਈਲ ਰਹਿੰਦੀ ਹੈ ਬਟ ਮੇਰੇ ਅਕੋਰਡਿੰਗ ਆਹ ਦੋ ਜਿਹੜੀਆਂ ਜੋਬ ਪ੍ਰੋਫਾਈਲ ਨੇ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸੀ ਸਭ ਨਾਲੋਂ ਵਧੀਆਂ ਨੇ ਬਾਕੀ ਹੋਰ ਵੀ ਤੁਹਾਨੂੰ ਜਾਣਕਾਰੀ ਇਦਾਂ ਹੀ ਦਿੰਦੇ ਰਵਾਂਗੇ ਸੋ ਸਾਡੇ ਨਾਲ ਬਨੇ ਰਹੀਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਰੇ ਭੈਣ ਭਰਾਵਾਂ ਤੱਕ ਤੇ ਸਾਰੇ ਭੈਣ ਭਰਾਵਾਂ ਨੂੰ ਬੈਸਟ ਆਫ ਲੱਕ ਥੋੜੇ ਦਿਨਾਂ 10 ਦਿਨਾਂ ਬਾਅਦ ਤੁਹਾਡੇ ਖੁੱਲ ਰਿਹਾ ਪੋਰਟਲ ਕਨਸਟੇਬਲ 1746 ਪੋਸਟਾਂ ਦੇ ਤੇ ਜਲਦ ਹੀ ਤੁਸੀਂ ਭਰ ਕੇ ਉਸ ਦੀ ਤਿਆਰੀ ਕਰ ਰਹੇ ਹੋਗੇ ਮੇਰੇ ਵੱਲੋਂ 올 ਦਾ ਬੈਸਟ ਸਾਰਿਆਂ ਨੂੰ ਜੇਕਰ ਤੁਸੀਂ ਚਾਹਦੇ ਹੋ ਮਤਲਬ ਕਿ ਪੰਜਾਬ ਪੁਲਿਸ ਦੀ ਵਰਦੀ ਪੋਣਾ ਤੇ ਤਿਆਰੀ ਹੁਣੇ ਤੋਂ ਹੀ ਖਿੱਚ ਦਿਓ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਇਦਾਂ ਹੀ ਪਿਆਰ ਬਣਾਈ ਰੱਖਿਓ ਸ਼ੇਅਰ ਕਰਿਓ ਲਾਈਕ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਧੰਨਵਾਦ ਜੀ